ਕਿਰਤ ਮੁਕੱਦਮਾ 110 ਨੰਬਰ ਮਿਤੀ 29/12/23 ਨੂੰ ਦਰਜ ਦੇ ਵਿੱਚ ਹੋਇਆ ਸੀ, ਜਿਸ ਵਿੱਚ 4-4.5 ਸਾਲ ਦੀ ਬੱਚੀ ਨਾਲ ਰੇਪ ਹੋਇਆ, ਜਿਸ ਦਾ ਦੋਸ਼ੀ ਸੋਨੂ ਪੁੱਤ ਅਗਰਵਾਲ ਮਾਫ਼ੀ ਤੋਂ ਭੱਜ ਗਿਆ, ਜਿਸ ਦੇ ਸੰਬੰਧ ਵਿੱਚ ਸਾਡੇ ਪਾਰਟੀ ਜਦੋਂ ਵੀ ਸਾਨੂੰ ਇਹ ਸਰ ਹੈਗਾ 29/12/23 ਹਲੇ ਕੋਈ ਗੱਲਬਾਤ ਪਤਾ ਲੱਗਿਆ, ਜਦੋਂ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਤਾਂ ਤੁਹਾਨੂੰ ਅਪਡੇਟ ਹੋ ਜਾਵੇਗਾ। ਹਲੇ ਰੈਫਰੀ ਹੋਈ ਸਾਡੇ ਅਸ਼ੋਕ ਸਾਹਿਬ ਮੇਜ ਪੋਸਟ ਪਾਰਟੀ ਦੇ ਵਿੱਚ ਕਲਾਸ ਵਿੱਚ ਨਹੀਂ, ਹਲੇ ਕੋਈ ਗੱਲਬਾਤ ਨਹੀਂ, ਪਰ ਜਲਦੀ ਦਿੱਤੀ ਜਾਵੇ, ਜਲਦੀ ਤੋਂ ਜਲਦੀ ਜਿਹੜੀ ਨਹੀਂ, ਹਲੇ ਕੋਈ ਸਾਡੇ ਕੋਲ ਏਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਆਈ, ਉਹ ਹਲੇ ਪਿੰਡਾਂ ਤਾਂ ਫੇਕ ਲੈ ਰਹੇ ਨੇ, ਜਦੋਂ ਵੀ ਮਤਲਬ ਪਤਾ ਲੱਗ ਗਿਆ ਤਾਂ ਤੁਹਾਨੂੰ ਅਪਡੇਟ ਇਸ ਕਿਰਤ ਮੁਕੱਦਮਾ 110 ਨੰਬਰ ਮਿਤੀ 29/12/23 ਨੂੰ ਦਰਜ ਦੇ ਵਿੱਚ ਹੋਇਆ ਸੀ, ਜਿਸ ਵਿੱਚ 4-4.5 ਸਾਲ ਦੀ ਬੱਚੀ ਨਾਲ ਰੇਪ ਹੋਇਆ, ਜਿਸ ਦਾ ਦੋਸ਼ੀ ਸੋਨੂ ਪੁੱਤ ਅਗਰਵਾਲ ਮਾਫ਼ੀ ਤੋਂ ਭੱਜ ਗਿਆ, ਜਿਸ ਦੇ ਸੰਬੰਧ ਵਿੱਚ ਸਾਡੇ ਪਾਰਟੀ ਜਦੋਂ ਵੀ ਸਾਨੂੰ ਇਹ ਸਰ ਹੈਗਾ 29/12/23 ਹਲੇ ਕੋਈ ਗੱਲਬਾਤ ਪਤਾ ਲੱਗਿਆ, ਜਦੋਂ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਤਾਂ ਤੁਹਾਨੂੰ ਅਪਡੇਟ ਹੋ ਜਾਵੇਗਾ। ਹਲੇ ਰੈਫਰੀ ਹੋਈ ਸਾਡੇ ਅਸ਼ੋਕ ਸਾਹਿਬ ਮੇਜ ਪੋਸਟ ਪਾਰਟੀ ਦੇ ਵਿੱਚ ਕਲਾਸ ਵਿੱਚ ਨਹੀਂ, ਹਲੇ ਕੋਈ ਗੱਲਬਾਤ ਨਹੀਂ, ਪਰ ਜਲਦੀ ਦਿੱਤੀ ਜਾਵੇ, ਜਲਦੀ ਤੋਂ ਜਲਦੀ ਜਿਹੜੀ ਨਹੀਂ, ਹਲੇ ਕੋਈ ਸਾਡੇ ਕੋਲ ਏਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਆਈ, ਉਹ ਹਲੇ ਪਿੰਡਾਂ ਤਾਂ ਫੇਕ ਲੈ ਰਹੇ ਨੇ, ਜਦੋਂ ਵੀ ਮਤਲਬ ਪਤਾ ਲੱਗ ਗਿਆ ਤਾਂ ਤੁਹਾਨੂੰ ਅਪਡੇਟ ਇਸ ਕਿਰਤ ਮੁਕੱਦਮਾ 110 ਨੰਬਰ ਮਿਤੀ 29/12/23 ਨੂੰ ਦਰਜ ਦੇ ਵਿੱਚ ਹੋਇਆ ਸੀ, ਜਿਸ ਵਿੱਚ 4-4.5 ਸਾਲ ਦੀ ਬੱਚੀ ਨਾਲ ਰੇਪ ਹੋਇਆ, ਜਿਸ ਦਾ ਦੋਸ਼ੀ ਸੋਨੂ ਪੁੱਤ ਅਗਰਵਾਲ ਮਾਫ਼ੀ ਤੋਂ ਭੱਜ ਗਿਆ, ਜਿਸ ਦੇ ਸੰਬੰਧ ਵਿੱਚ ਸਾਡੇ ਪਾਰਟੀ ਜਦੋਂ ਵੀ ਸਾਨੂੰ ਇਹ ਸਰ ਹੈਗਾ 29/12/23 ਹਲੇ ਕੋਈ ਗੱਲਬਾਤ ਪਤਾ ਲੱਗਿਆ, ਜਦੋਂ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਤਾਂ ਤੁਹਾਨੂੰ ਅਪਡੇਟ ਹੋ ਜਾਵੇਗਾ। ਹਲੇ ਰੈਫਰੀ ਹੋਈ ਸਾਡੇ ਅਸ਼ੋਕ ਸਾਹਿਬ ਮੇਜ ਪੋਸਟ ਪਾਰਟੀ ਦੇ ਵਿੱਚ ਕਲਾਸ ਵਿੱਚ ਨਹੀਂ, ਹਲੇ ਕੋਈ ਗੱਲਬਾਤ ਨਹੀਂ, ਪਰ ਜਲਦੀ ਦਿੱਤੀ ਜਾਵੇ, ਜਲਦੀ ਤੋਂ ਜਲਦੀ ਜਿਹੜੀ ਨਹੀਂ, ਹਲੇ ਕੋਈ ਸਾਡੇ ਕੋਲ ਏਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਆਈ, ਉਹ ਹਲੇ ਪਿੰਡਾਂ ਤਾਂ ਫੇਕ ਲੈ ਰਹੇ ਨੇ, ਜਦੋਂ ਵੀ ਮਤਲਬ ਪਤਾ ਲੱਗ ਗਿਆ ਤਾਂ ਤੁਹਾਨੂੰ ਅਪਡੇਟ ਇਸ